ਡੇਰੇਦਾਰੀ ਪੰਜਾਬ ਦੀ ਸਕਾਫਤ ਦਾ ਇੱਕ ਅਹਿਮ ਜੁਜ਼ਵ ਹੈ। ਸੂਬਾ ਪੰਜਾਬ ਦੀ ਤਾਰੀਖ ਦਾ ਮੁਤਾਲਾ ਕਰੀਏ ਤੇ ਸਾਨੂੰ ਪਤਾ ਚੱਲਦਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵੱਡ ਵਡੇਰੇ ਤੋਂ ਆਪਣੇ ਡੇਰਿਆਂ ਦੀ ਵਜ੍ਹਾ ਤੋਂ ਮਸ਼ਹੂਰ ਰਹੇ ਨੇ। ਇਸਲਾਮਾਬਾਦ ਜੈਸੇ ਜਦੀਦ ਸ਼ਹਿਰ ਵਿੱਚ ਵੀ ਇੱਕ ਐਸਾ ਹੀ ਡੇਰਾ ਮੌਜੂਦ ਹੈ ਜਿੱਥੇ ਡੇਰੇ ਦੇ ਮਾਲਕ ਨੇ ਖੂਨਖਾਰ ਜਾਨਵਰ, ਅਮਨ ਪਸੰਦ ਪਰਿੰਦੇ ਤੇ ਵਜ਼ਾ ਵਜ਼ਾ ਤੇ ਜਾਨਦਾਰ ਸ਼ੌਕੀਆ ਪਾਲ ਰੱਖੇ ਨੇ। ਇਸ ਡੇਰੇ ਦੇ ਮਾਲਕ ਸਾਬਕ ਡਿਪਟੀ ਸਪੀਕਰ ਹਾਜੀ ਨਵਾਜ਼ ਖੋਖਰ ਦੇ ਛੋਟੇ ਭਾਈ ਇਮਤਿਆਜ਼ ਅਲੀ ਖੋਖਰ ਨੇ। ਆਪਣੇ ਸ਼ੌਕ ਦੇ ਹਵਾਲੇ ਨਾਲ ਇਮਤਿਆਜ਼ ਖੋਖਰ ਦਾ ਕਹਿਣਾ ਹੈ ਕਿ ਬੇਜ਼ੁਬਾਨਾਂ ਦੀ ਪਰਵਰਿਸ਼ ਕਰਕੇ ਉਹਨਾਂ ਨੂੰ ਦਿਲੀ ਤਸਕੀਨ ਮਿਲਦੀ ਹੈ। ਜਲਵਾਰ ਜਿਹੜੇ ਜੀ, ਮੈਨੂੰ ਆਪਣੀ ਔਲਾਦ ਆ ਗੜ ਜੀ, ਮੇਰੀ ਔਲਾਦ ਹੈ। ਮੈਂ ਆਪਣੀ ਔਲਾਦ ਵਿੱਚ ਕਦੇ ਫਰਕ ਮਹਿਸੂਸ ਨਹੀਂ ਕੀਤਾ। ਮੈਂ ਇਹਨਾਂ ਦੀ ਬੜੀ ਖਿਦਮਤ ਕਰਦਾ ਹਾਂ ਜੀ। ਤੁਸੀਂ ਮੇਰਾ ਪੂਰੇ ਡੇਰੇ 'ਚ ਦੇਖੋ, ਕਿਸੇ ਜਾਨਵਰ ਨਾਲ ਕੋਈ ਗੰਦਗੀ ਨਹੀਂ, ਕੋਈ ਤੁਹਾਨੂੰ ਪਿਸ਼ਾਬ ਦੀ ਬਦਬੋ ਨਹੀਂ। ਮੈਂ ਸਪੈਸ਼ਲ ਤੋਂ ਡਾਕਟਰ ਰੱਖੇ ਨੇ ਇਹਨਾਂ ਦੀ, ਔਰ ਖੁਦ ਨਿਗਰਾਨੀ ਕਰਦਾ। ਮੇਰੇ ਬੇਟੇ ਇਹਨਾਂ ਦੀ ਨਿਗਰਾਨੀ ਕਰਦੇ ਨੇ ਜੀ। ਮੈਂ ਡੇਲੀ 8-10 ਘੰਟੇ 12 ਘੰਟੇ ਡੇਰੇ 'ਤੇ ਬਹਿਣਾ ਜੀ। ਜੋ ਅੱਲਾਹ ਤਾਲਾ ਖੁਦਾ ਕਰੋ ਨੇ ਪਾਕ ਵੀ ਕੀ ਤੋਫੀਕ ਦਿੱਤੀ ਹੈ, ਹਰ ਬੰਦੇ ਦੀ ਮਦਦ ਕਰਦਾ ਹੈ ਜੀ। ਔਰ ਮੈਂ ਬੜੀ ਦਿੱਲੀ ਸਕੂਨ ਆਉਂਦਾ ਜੀ, ਮੈਂ ਅਗਰ ਕਿਸੇ ਗਰੀਬ ਬੰਦੇ ਦੀ ਮਦਦ ਕਰਾਂ ਜੀ। ਅੱਲਾਹ ਤਾਲਾ ਦੇਦਾ ਜੀ, ਮੈਂ ਮਹਿਸੂਸ ਕਰਦਾ ਜੀ ਕਿ ਬੇਜ਼ਬਾਨ ਚੀਜ਼ਾਂ ਜੀ ਬੋਲ ਨਹੀਂ ਸਕਦੀ ਹੈ ਜੀ। ਤੁਹਾਨੂੰ ਕੋਈ ਤਕਲੀਫ ਹੋ ਸੀ, ਮੇਰਾ ਕੋਈ ਨੌਕਰ ਚੱਕ ਕਰ ਰਿਹਾ ਤੇ ਉਹ ਬਿਮਾਰ ਹੈ ਜਾਂ ਕੋਈ ਉਸ ਦੀ ਤਕਲੀਫ ਹੈ, ਪੈਸੇ ਨਹੀਂ ਬੋਲੇਗਾ, ਇਹ ਵਿਚਾਰੇ ਬੇਜ਼ਬਾਨ ਚੀਜ਼ਾਂ ਕਿਵੇਂ ਬੋਲਣ ਜੀ। ਇਸਲਾਮਾਬਾਦ ਹਾਈਵੇ ਤੇ ਵਾਕਏ ਇਸ ਜਦੀਦ ਡੇਰੇ ਵਿੱਚ ਸਾਊਥ ਅਫਰੀਕਾ ਤੋਂ ਆਏ ਬੱਬਰ ਸ਼ੇਰਾਂ ਦਾ ਜੋੜਾ ਆਪਣੇ ਦੋ ਬੱਚਿਆਂ ਸਮੇਤ ਅਜਦਹਾ, ਰਿਚ, ਭੇੜੀਆ ਬਿੱਜੂ, ਸ਼ੁਤਰਮੁਰਗ, ਊਂਟ, ਘੋੜੇ, ਮੁਖਤਲਿਫ ਇਕਸਾਮ ਦੇ ਕੁੱਤੇ, ਬਿੱਲੀਆਂ, ਬਤਖਾਂ, ਆਸਟ੍ਰੇਲੀਅਨ ਤੋਤੇ, ਮੋਰ, ਬਾਜ, ਬੰਦਰ, ਹਿਰਨ, ਕਬੂਤਰ, ਖਰਗੋਸ਼ ਤੇ ਵਜ਼ਾ ਵਜ਼ਾ ਤੇ ਅਨਵਾਓ ਇਕਸਾਮ ਦੇ ਜਾਨਵਰ ਮੌਜੂਦ ਨੇ ਜਿਹੜੇ ਸ਼ਾਇਦ ਇਸਲਾਮਾਬਾਦ ਦੇ ਚਿੜੀਆ ਘਰ ਵਿੱਚ ਵੀ ਨਜ਼ਰ ਨਾ ਆਉਣ। ਇਮਤਿਆਜ਼ ਅਲੀ ਦੇ ਪੁੱਤਰ ਫਾਰੂਖ ਖੋਕਰ ਦਾ ਕਹਿਣਾ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਕੀਮਤੀ ਚੀਜ਼ ਦੀ ਤਰ੍ਹਾਂ ਅਜ਼ੀਜ਼ ਰੱਖਦੇ ਨੇ ਤੇ ਉਹਨਾਂ ਦੀ ਖਾਤਰ ਮਦਾਰਾਤ ਵਿੱਚ ਕੋਈ ਕਮੀ ਨਹੀਂ ਆਉਂਦੀ। ਹਮਾਰੇ ਪਾਸ ਡੇਰੇ ਪਰ ਜੀ ਬੜੇ ਨਯਾਬ ਨਸਲ ਕੇ ਸ਼ੇਰ ਹੈ, ਜਨੂਬੀ ਅਫਰੀਕਾ ਸੇ ਲਾਏ ਹੈ, ਜਿਨ ਕੀ ਨਸਲ ਦੁਨੀਆ ਮੇ ਬਹੁਤ ਕਮ ਹੋ ਰਹੀ ਹੈ। ਰੀਛ ਹੈ, ਸ਼ੀਤਮ ਮੁਰਗ ਹੈ, ਔਰ ਬੜੇ ਨਯਾਬ ਨਸਲ ਕੇ ਕੁੱਤੇ ਰੱਖੇ ਹੋਏ ਹੈਂ, ਘੋੜੇ ਹੈਂ, ਊਂਠ ਹੈ। ਤੋ ਇਨਕੋ ਹਮ ਬਿਲਕੁਲ ਆਪਣੀ ਔਲਾਦ ਕੀ ਤਰ੍ਹਾਂ ਪਾਲਤੇ ਹੈ ਜੀ। ਵਾਈਲਡ ਲਾਈਫ ਕੇ ਡਾਕਟਰ ਰੱਖੇ ਹੈ ਜੋ ਇਨਕੀ ਮੈਡੀਸਨਸ ਵਗੈਰਾ ਕਰਤੇ ਹੈ, ਬੰਦੇ ਲਾਦ ਹੈ ਸਫਾਈ ਵਾਲੇ, ਔਰ ਬੰਦੇ ਲਾਦ ਹੈ ਜੋ ਇਨਕੋ ਖੁਰਾਕ ਦੇਤੇ ਹੈ। ਸ਼ੌਕ ਪਹਿਲੇ ਵਾਲਦ ਸਾਹਿਬ ਕਾ, ਉਹਨੇ ਬਹੁਤ ਸ਼ੌਕ ਹੈ ਬੇਜ਼ਬਾਨ ਜਾਨਵਰੋਂ ਕੀ ਖਿਦਮਤ ਕਰਨੇ ਕਾ, ਮੇਰਾ ਵੀ ਹੈ, ਮੇਰੇ ਬੜੇ ਭਾਈ ਉਮਰ ਕਾ ਵੀ ਹੈ। ਹਮ ਲੋਕ ਇਨਕੀ ਬਹੁਤ ਖਿਦਮਤ ਕਰਤੇ ਹੈ ਜੀ, ਮਾਲਕੋਂ ਸੇ ਬਹੁਤ ਪਿਆਰ ਕਰਤੇ ਹੈ, ਔਰ ਹਮ ਲੋਕ ਬਿਲਕੁਲ ਕੋਈ ਚੰਦਾ ਨਹੀਂ ਕਰਤੇ, ਸਭ ਗੋਸ਼ਤ, ਦੂਧ, ਸਭ ਕੁਛ ਆਪਣੇ ਪੈਸੋ ਸੇ ਦੇਤੇ ਹੈ, ਕੋਈ ਕਿਸੇ ਚੰਦਾ ਨਹੀਂ ਕਰਤੇ। ਇਮਤਿਆਜ਼ ਖੋਖਰ ਦੇ ਇਸੀ ਡੇਰੇ ਵਿੱਚ ਸਿਆਸੀ ਸ਼ਖਸੀਅਤ ਦੀ ਆਮਦੋਰਫਤ ਰਹਿੰਦੀ ਹੈ। ਪੀਪੀ ਦੀ ਸ਼ਹੀਦ ਕਾਇਦ ਬੇਨਜ਼ੀਰ ਭੁੱਟੋ ਤੇ ਮੁਸਲਿਮ ਲੀਗ ਨੂਨ ਦੇ ਸਰਬਰਾ ਮੀਆਂ ਨਵਾਜ਼ ਸ਼ਰੀਫ ਸਮੇਤ ਦੀਗਰ ਸਫੇ ਅਵਲ ਦੀ ਸਿਆਸੀ ਤੇ ਮਜ਼ਹਬੀ ਸ਼ਖਸੀਅਤ ਖੋਖਰ ਹਾਊਸ ਦਾ ਦੌਰਾ ਕਰ ਚੁੱਕੇ ਨੇ। ਸਿਆਸੀ ਔਰ ਗੈਰ ਸਿਆਸੀ ਵਾਬਸਤਗੀ ਤੋਂ ਕਤਾ ਨਜ਼ਰ, ਮੇਰਾ ਇਮਤਿਆਜ਼ ਅਲੀ ਅਲਮਾਰੂਫ ਤਾਜੀ ਖੋਖਰ ਆਪਣੀ ਖਸੂਸੀਅਤ ਦੀ ਵਜ੍ਹਾ ਤੋਂ ਖਿੱਤਾ ਪੋਠੋਹਾਰ ਤੇ ਇਸਲਾਮਾਬਾਦ ਵਿੱਚ ਯਕੀਨਨ ਇਨਫਰਾਦੀਅਤ ਦਾ ਹਾਮਿਲ ਹੈ। ਕੈਮਰਾਮੈਨ ਕਮਰ ਅਬਾਸ ਕਾਜ਼ਮੀ ਦੇ ਨਾਲ ਹਮਾਦ ਬਲਗਾਰੀ, ਆਪਣਾ ਨਿਊਜ਼ ਇਸਲਾਮਾਬਾਦ।